ਸਲਾਮ ਅਲੈਕੁਮ ਭਾਈ ਜਾਨ, ਕੀ ਹਾਲ? ਠੀਕ ਹੋ? ਲਓ ਜੀ, ਇੱਕ ਮੀਆਂ ਸਾਹਿਬ ਵਾਲੇ ਲਾਲ ਤੂਫਾਨ ਦੇ ਜੋੜੇ ਦਾ ਸ਼ੋਅ ਕਰਵਾਉਣ ਲੱਗਾ। ਠੀਕ ਆ, ਇਹ ਸਲੇਟੀ ਬੱਚੇ ਵੀ ਕੱਢਦੇ ਨੇ ਤਾਂ ਗੂੜੇ ਬੱਚੇ ਵੀ ਨਿਕਲ ਆਉਂਦੇ ਨੇ, ਜ਼ਿਆਦਾ ਸੀਨੇ ਚਿੱਟੇ ਉੱਪਰੋਂ ਗੂੜੇ ਜਿਹੇ ਨਿਕਲ ਆਉਂਦੇ ਨੇ, ਡੱਬ ਵਾਲਿਆਂ ਤਰ੍ਹਾਂ ਦੀ, ਤੂੰ ਕਹਿ ਵੀ ਸਕਦੇ ਹੋ ਡੱਬ ਵਾਲੇ ਸੀ, ਸਟੇਟ ਦੀ ਚੀਜ਼ ਆ। ਪਰ ਇਹਨਾਂ ਦੇ ਵਿੱਚ ਸਲੇਟੀ ਜ਼ਰੂਰ ਤੀਸਰੀ ਚੌਥੀ ਝੋਲੀ ਦੇ ਵਿੱਚ ਸਲੇਟੀ ਬੱਚੇ ਲਾਜ਼ਮ ਆ ਜਾਂਦੇ ਨੇ। ਨੂਰ ਦੇ ਨਾਲ ਰਿੰਗ ਦੇਖੋ, ਸਫੇਦ ਜ਼ਮੀਨ ਦੇਖੋ, ਆਖਰਲਾ ਕੜਾ ਦੇਖੋ ਮੇਰਾ ਭਾਈ ਜਾਨ। ਠੀਕ ਆ ਨਾ, ਅੱਖ 'ਚ ਚਮਕ ਔਰ ਨਮੀ ਬੜੀ ਜ਼ਰੂਰੀ ਆ ਮੇਰਾ ਭਾਈ। ਲਓ ਜੀ, ਕੁੰਦੇ ਦਾ ਸ਼ੌਂਕ ਕਰੋ ਮੇਰਾ ਭਾਈ ਜਾਨ। ਠੀਕ ਹੈ ਜੀ, ਇਨਸ਼ਾਅੱਲਾ ਮਜ਼ਾ ਆ ਜਾਏਗਾ। ਦੇਖੋ ਮੇਰਾ ਭਾਈ, ਅਸੀਂ ਇਹਨੂੰ ਕਿੰਚੀ ਪਾਰ ਬੋਲਦੇ ਹਾਂ। ਹਰ ਬੰਦੇ ਦਾ ਜਿਹੜਾ ਕਿੰਚੀ ਪਾਰ ਹੋਏਗਾ, ਥੋੜ੍ਹਾ ਜਿਹਾ ਅਸੀਂ ਉੱਪਰੋਂ ਗੋਲ ਪਸੰਦ ਕਰਦੇ ਹਾਂ। ਠੀਕ ਆ, ਤੀਲੀ ਚਪਟੀ ਹੋਣੀ ਚਾਹੀਦੀ ਮੇਰਾ ਭਾਈ ਜਾਨ। ਔਰ ਆ ਪੇਪਰ ਜਿਤਨਾ ਪਤਲਾ ਹੋਏਗਾ, ਜਿਤਨਾ ਤੁਹਾਨੂੰ ਨਜ਼ਰ ਆਏਗਾ ਨਾ, ਉਨਾ ਟਿਸ਼ੂ ਜ਼ਰੂਰ ਅੱਛਾ ਹੋਏਗਾ ਮੇਰਾ ਭਾਈ। ਦੇਖੋ ਕਿੱਦਾਂ ਸਾਰੇ ਪਾਰ ਥੱਲੇ ਚਲੇ ਗਏ ਨੇ ਮੇਰਾ ਭਾਈ ਜਾਨ, ਇਹਨਾਂ ਦਾ ਚੜਾਅ ਦੇਖੋ ਤੁਸੀਂ। ਠੀਕ ਹੈ ਜੀ, ਲਓ ਮੇਰਾ ਭਾਈ, ਦੁੰਮ ਦਾ ਸ਼ੌਂਕ ਕਰੋ। ਇਨਸ਼ਾਅੱਲਾ ਜਿਸ ਭਾਈ ਕਬੂਤਰ ਦੇ ਹੱਡੀ ਨਹੀਂ ਹੈਗੀ, ਸੀਨਾ ਚੌੜਾ ਹੋਣਾ ਚਾਹੀਦਾ, ਪਿੱਛੇ ਕਬੂਤਰ ਦੇ ਹੱਡੀ ਨਹੀਂ ਹੋਣੀ ਚਾਹੀਦੀ। ਠੀਕ ਹੈ ਮੇਰਾ ਭਾਈ ਜਾਨ, ਚਿੜੀਆਂ ਜਿਤਨੀ ਲੰਮੀ ਲੈਂਥ ਹੋਵੇ, ਇਸ ਤੋਂ ਵੀ ਜ਼ਿਆਦਾ ਹੋਵੇ ਤਾਂ ਉਹ ਉਤਨਾ ਹੀ ਅੱਛੀ ਦੁੰਬ ਹੋਏਗੀ, ਕਬੂਤਰ ਵੀ ਉਨਾ ਹੀ ਅੱਛਾ ਹੋਏਗਾ। ਇਹਦੀ ਇੱਥੋਂ ਤੱਕ ਹੀ ਆ, ਪਰ ਇੱਥੋਂ ਤੱਕ ਹੁੰਦੀਆਂ ਤਾਂ ਫਿਰ ਸੋਨੇ ਦਾ ਸੁਹਾਗਾ ਸੀ ਸਾਡੇ ਵਾਸਤੇ ਭਾਈ, ਕਿਸੇ ਲਈ ਸਾਨੂੰ ਬੜੀ ਅੱਛੀ ਟਿਪ ਲੱਭੀ ਆ ਇਹ, ਅਤੇ ਸਾਨੂੰ ਮਜ਼ਾ ਆਉਂਦਾ ਆ। ਲਓ ਮੇਰਾ ਭਾਈ, ਪੰਜਿਆਂ ਦਾ ਸ਼ੌਂਕ ਕਰੋ। ਖੁਸ਼ਕ ਬਰੀਕ ਉਂਗਲਾਂ, ਸੁਰਖ ਪੰਜੇ, ਪਰੀਆਂ ਦਾ ਸ਼ੌਂਕ ਕਰੋ ਮੇਰਾ ਭਾਈ ਜਾਨ। ਠੀਕ ਆ, ਲਓ ਮੇਰਾ ਭਾਈ, ਲਓ ਮੇਰਾ ਭਾਈ, ਫੀਮੇਲ ਦੀ ਅੱਖ ਦਾ ਸ਼ੌਂਕ ਕਰੋ। ਨੂਰ ਦੇ ਨਾਲ ਰਿੰਗ ਦੇਖੋ, ਜ਼ਮੀਨ ਸਫੇਦ ਦੇਖੋ, ਆਖਰਲੇ ਕੜੇ 'ਤੇ ਗੌਰ ਕਰੋ ਮੇਰਾ ਭਾਈ ਜਾਨ। ਠੀਕ ਹੈ ਜੀ, ਲਓ ਮੇਰਾ ਭਾਈ, ਪਰ 'ਤੇ ਗੌਰ ਕਰੋ। ਕਬੂਤਰ ਭਾਣ ਕੋਈ ਵੀ ਚੀਜ਼ ਉੱਡਣ ਵਾਲੀ ਆ ਨਾ, ਉਹਦਾ ਬੈਲੈਂਸ ਜ਼ਰੂਰੀ ਆ। ਜਿਸ ਕਬੂਤਰ 'ਚ ਬੈਲੈਂਸ ਪੂਰਾ ਆਉਣਾ, ਇਨਸ਼ਾਅੱਲਾ ਕਿਤੇ ਤੁਹਾਡੀ ਕੰਡ ਨਹੀਂ ਲਵਾਉਣ ਲੱਗਾ। ਬਾਕੀ ਹਰ ਬੰਦੇ ਦਾ ਜੀ ਕਿਸੇ ਨਾਲ ਬਹਿਸ ਤਾਂ ਨੁਕਸਾਨ ਸਕਦਾ ਨਹੀਂ ਹੈਗਾ, ਅਸੀਂ ਤਾਂ ਬੈਲੈਂਸ ਪਸੰਦ ਕਰਦੇ ਹਾਂ ਕਬੂਤਰ ਦਾ। ਲਓ ਜੀ, ਦੁੰਬ ਦਾ ਸ਼ੌਂਕ ਕਰੋ। ਅਲਹਮਦੁਲਿਲਾ ਦੀ ਬਹੁਤ ਛੋਟੀ ਡਿਟੇਲ ਆ, ਮੇਰੀ ਇੱਕ ਉਂਗਲ ਫਿੰਗਰ ਜਿਤਨੀ ਡਿਟੇਲ ਆ, ਹੱਡੀ ਜਿਹੜੀ ਚਾਰ ਉਂਗਲਾਂ ਤੋਂ ਜ਼ਿਆਦਾ, ਅਲਹਮਦੁਲਿਲਾ ਇਹਦੀ ਦੁੰਬ ਬਹੁਤ ਛੋਟੀ ਇਹਦੀ। ਲਓ ਮੇਰਾ ਭਾਈ, ਪੰਜਿਆਂ ਦਾ ਸ਼ੌਂਕ ਕਰੋ। ਖੁਸ਼ਕ ਔਰ ਸੁਰਖ ਪੰਜੇ, ਔਰ ਮੇਰਾ ਭਾਈ ਪਰੀਆਂ ਦਾ ਸ਼ੌਂਕ ਕਰੋ। ਇਹਦਾ ਦੇਖੋ ਸੀਨਾ ਸਾਰਾ ਸਫੇਦ ਆ, ਠੀਕ ਆ, ਸਾਰਾ ਸੀਨਾ ਸਫੇਦ ਆ। ਲਓ ਮੇਰਾ ਭਾਈ, ਇਹਨਾਂ ਦੇ ਬੱਚੇ ਦੀ ਅੱਖ ਦਾ ਸ਼ੌਂਕ ਕਰੋ। ਅਲਹਮਦੁਲਿਲਾ, ਅੱਲਾ ਦਾ ਸਾਨ, ਅਲਹਮਦੁਲਿਲਾ। ਲਓ ਮੇਰਾ ਭਾਈ, ਕੁੰਦੇ ਦਾ ਸ਼ੌਂਕ ਕਰੋ। ਔਰ ਮੇਰਾ ਭਾਈ, ਕੁਦਰਤੀ ਇਹਦੇ ਬਾਪ ਦੇ ਕਿੰਚੀਆਂ ਦੇਖੋ ਕੈਸੀਆਂ ਸੀ, ਅਲਹਮਦੁਲਿਲਾ ਅੱਡਾ ਸਟੇਡ ਕੁੰਦਾ ਕੱਢਿਆ। ਲਓ ਮੇਰਾ ਭਾਈ, ਸ਼ੌਂਕ ਕਰੋ। ਔਰ ਇਹਨਾਂ ਦੀਆਂ ਵੇਖੋ ਟਿੱਪਰਾਂ ਦੇਖੋ, ਸਟੇਡ ਕੁੰਦਾ ਤਿੱਖੇ ਅੱਗੋ ਪਰ, ਇਨਸ਼ਾਅੱਲਾ ਚਸ ਕਰਾ ਦੇਣਗੇ ਉੱਡਣ 'ਚ ਵੀ, ਇਨਸ਼ਾਅੱਲਾ। ਲਓ ਮੇਰਾ ਭਾਈ, ਦੁੰਬ ਦਾ ਸ਼ੌਂਕ ਕਰੋ। ਠੀਕ ਹੈ ਜੀ, ਲਓ ਮੇਰਾ ਭਾਈ, ਪੰਜਿਆਂ ਦਾ ਸ਼ੌਂਕ ਕਰੋ।
ਲਓ ਮੇਰਾ ਭਾਈ ਦੂਸਰੇ ਬੱਚੇ ਦੀ ਅੱਖ ਦਾ ਸ਼ੌਂਕ ਕਰੋ, ਚੈਸ ਕਰਾ ਦੇਣਗੇ ਇਨਸ਼ਾਅੱਲਾ। ਔਰ ਟੈਡੀਆਂ ਤੋਂ ਉਤਰੇ ਕਬੂਤਰ ਨੇ, ਟੈਡੀਆਂ ਤੋਂ ਵੀ ਤੇਜ਼ ਨੇ ਇਨਸ਼ਾਅੱਲਾ। ਕੁੰਦੇ ਦਾ ਸ਼ੌਂਕ ਕਰੋ ਮੇਰਾ ਭਾਈ ਜਾਨ, ਇਨਸ਼ਾਅੱਲਾ ਖੋਲੋ ਸਾਨੂੰ ਜਿੱਥੋਂ ਤੱਕ। ਲਓ ਮੇਰਾ ਭਾਈ ਦੁੰਮ ਦਾ ਸ਼ੌਂਕ ਕਰ ਲਓ, ਠੀਕ ਹੈ ਜੀ, ਸ਼ੌਂਕ ਕਰੋ, ਠੀਕ ਹੈ ਜੀ, ਪਰੀਆਂ ਦਾ ਕਰੋ। ਲਓ ਮੇਰਾ ਭਾਈ ਬੱਚਿਆਂ ਦਾ ਸ਼ੌਂਕ ਕਰੋ, ਅਲਹਮਦੁਲਿਲਾ ਇਹ ਕਾਬੂ 'ਚ ਕੱਢੇ ਨੇ ਅਤੇ ਅਜੇ ਖਲੋ ਨਹੀਂ ਰਹੇ ਹੈਗੇ, ਅਲਹਮਦੁਲਿਲਾ। ਆਹ ਇਹਨਾਂ ਦਾ ਬਾਪ ਆ ਜੀ, ਠੀਕ ਹੈ ਜੀ, ਆਹ ਇਹਨਾਂ ਦੀ ਮਾਂ ਆ, ਠੀਕ ਹੈ ਜੀ। ਔਰ ਸਾਨੂੰ ਜਿੰਨਾ ਕਬੂਤਰ ਦਾ ਸੀਨਾ ਖੁੱਲ੍ਹਾ ਹੋਵੇ, ਫੀਮੇਲ ਹੋਵੇ ਮੇਲ ਹੋਵੇ, ਸਾਨੂੰ ਜ਼ਾਤੀ ਤੌਰ ਮੇਰਾ ਭਾਈ ਪਸੰਦ ਆ ਕਿਸੇ ਨੂੰ ਹੋਵੇ ਜਾਂ ਨਾ ਹੋਵੇ। ਲਓ ਜੀ ਅਲਹਮਦੁਲਿਲਾ ਮੇਰੇ ਅੱਲਾ ਦਾ ਕਰਮ ਆ, ਬਸ ਇਸ ਲੈਗ ਨਹੀਂ ਸੀ ਐਂ ਜਿਸ ਲੈਗ ਨਵਾਜ਼ ਛੱਡਿਆ ਉਹਨੇ।